ਅਸਲਾਮ ਅਲੈਕੁਮ ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਪਲੱਗ ਕੋਇਲ ਕਿਵੇਂ ਚੈੱਕ ਕਰੀਦੀ ਆ ਇਹ ਦੇਖਾਂਗੇ। ਅਤੇ ਇਹ ਪਲੱਗ ਕੋਇਲ ਆ, ਇਹ ਪਲੱਗ ਕੋਇਲ ਵੀ ਸਲੂਕੀ ਸਪਿੰਡਰ ਦੀ ਆ। ਅਤੇ ਇਹ ਜਿਹੜਾ ਸੀਡੀਆਈ ਪਰਸਲ ਕੋਇਲ ਆ, ਇਹ ਚਾਈਨਾ ਦੀ ਮੋਟਰਸਾਈਕਲ ਦਾ ਵਾ। ਅਤੇ ਇਹ ਜਿਹੜਾ ਸੀਡੀਆਈ ਯੂਨਿਟ ਆ, ਇਹ ਵੀ ਸਲੂਕੀ ਸਪਿੰਡਰ ਦਾ ਵਾ। ਇਹ ਸਲੂਕੀ ਸਪਿੰਡਰ ਦਾ ਸੀਡੀਆਈ ਜਿਹੜਾ ਵਾ, ਇਹ ਹੈਗਾ ਵਾ ਡੀ ਸੀ ਬੈਟਰੀ ਦੇ ਨਾਲ ਚੱਲਣ ਵਾਲਾ। ਅਤੇ ਇਹ ਚੈਕਿੰਗ ਕਰਨ ਵਾਸਤੇ ਸਾਨੂੰ ਜਿਹੜਾ ਨਾ ਇੱਕ ਬੈਟਰੀ ਦੀ ਵੀ ਜ਼ਰੂਰਤ ਪਏਗੀ। ਅਤੇ ਅਸੀਂ ਪਲੱਗ ਕੋਇਲ ਇੱਥੇ ਲਾ ਦਿੰਦੇ ਹਾਂ, ਬਾਂਗ ਦੇ ਵਿੱਚ ਟੈਟ ਕਰ ਦਿੰਦੇ ਹਾਂ ਇਹਨੂੰ। ਉਸ ਤੋਂ ਬਾਅਦ ਇਹ ਵਾ ਸੀਡੀਆਈ ਯੂਨਿਟ, ਇੱਕ ਪੰਜ ਤਾਰਾਂ ਵਾਲਾ ਯੂਨਿਟ ਹੈ। ਇਹ ਦੋ ਤਾਰਾਂ ਇਹਦੀਆਂ ਪਰਸਲ ਕੋਇਲ ਦੇ ਵਿੱਚ ਲੱਗਣਗੀਆਂ, ਨੀਲੀ ਅਤੇ ਸਬਜ਼। ਪਰਸਲ ਕੋਇਲ ਦੀਆਂ ਤਾਰਾਂ ਜ਼ਰਾ ਛੋਟੀਆਂ ਨੇ, ਲੇਕਿਨ ਫਿਰ ਵੀ ਚਲੋ ਕਰੰਟ ਚੈੱਕ ਹੋ ਜਾਏਗਾ, ਸਾਡਾ ਕੰਮ ਹੋ ਜਾਏਗਾ। ਇਹ ਦੋ ਤਾਰਾਂ ਨੇ ਪਰਸਲ ਕੋਇਲ ਦੇ ਵਿੱਚ ਡਾਇਰੈਕਟ ਲਾਉਣੀਆਂ ਨੇ, ਇਹਨਾਂ 'ਚ ਕੋਈ ਅਰਥ ਨਹੀਂ ਹੈਗਾ। ਉਸ ਤੋਂ ਬਾਅਦ ਹੈ ਜੀ ਇਹ ਕਾਲੀ ਤਾਰ, ਕਾਲੀ ਤਾਰ ਦੇ ਵਿੱਚ ਸਫੈਦ ਲੈਨ ਆ, ਇਹਨੂੰ ਲਾ ਦੇਣਾ ਅਸੀਂ ਬੈਟਰੀ ਦੀ ਅਰਥ ਵਾਲੀ ਤਾਰ ਨਾਲ ਮਾਈਨਸ। ਅਤੇ ਇਹ ਪਲੱਗ ਕੋਇਲ ਦੀ ਵੀ ਜਿਹੜੀ ਤਾਰ ਹੈਗੀ ਆ ਮਾਈਨਸ ਵਾਲੀ ਯਾਨੀ ਕਿ ਅਰਥ ਵਾਲੀ, ਉਹ ਵੀ ਅਸੀਂ ਬੈਟਰੀ ਦੇ ਅਰਥ ਦੇ ਨਾਲ ਹੀ ਲਾ ਦੇਵਾਂਗੇ। ਉਸ ਤੋਂ ਬਾਅਦ ਇਹ ਹੈਗੀ ਹੈ ਜੀ ਸਫੈਦ ਰੰਗ ਦੀ ਤਾਰ ਵਿੱਚ ਨੀਲੀ ਲੈਨ ਆ, ਇਹ ਅਸੀਂ ਲਾਵਾਂਗੇ ਪਲੱਗ ਕੋਇਲ। ਉਸ ਤੋਂ ਬਾਅਦ ਬਚ ਜਾਣੀ ਹੈ ਸਾਡੀ ਇੱਕੋ ਤਾਰ, ਉਹ ਹੈਗੀ ਹੈ ਜੀ ਮਾਲਟੇ ਰੰਗ ਦੀ ਤਾਰ ਵਿੱਚ ਸਫੈਦ ਲਕੀਰ, ਅਤੇ ਬੈਟਰੀ ਦੀ ਜਮ੍ਹਾਂ ਵਾਲੀ ਤਾਰ ਜਿਹੜੀ ਆ ਯਾਨੀ ਕਿ ਗਰਮ ਤਾਰ। ਇਹਦੇ ਨਾਲ ਲਾ ਦੇਵਾਂਗੇ, ਕਨੈਕਸ਼ਨ ਹੁਣ ਹੋ ਗਿਆ ਸਾਡੇ ਮੁਕੰਮਲ। ਹੁਣ ਅਸੀਂ ਇਹ ਜਿਹੜਾ ਪਰਸਲ ਕੋਇਲ ਗੁਟਕਾ ਵਾ, ਇਹਦੇ ਅੱਗੇ ਅਸੀਂ ਕੋਈ ਵੀ ਲੋਹੇ ਦੀ ਤਾਰ ਲਾਵਾਂਗੇ ਜਾਂ ਕੋਈ ਵੀ ਕਟਰ ਪਲਾਸ ਜਾਂ ਪੇਚਕਸ ਇਹਦੇ ਅੱਗੇ ਲੈ ਕੇ ਆਵਾਂਗੇ ਅਤੇ ਇਹਦੇ 'ਤੇ ਕਰੰਟ ਆ ਜਾਏਗਾ। ਇਹ ਬੜਾ ਸਿੰਪਲ ਤਰੀਕਾ ਪਲੱਗ ਕੋਇਲ ਚੈੱਕ ਕਰਨ ਦਾ। ਇਸ ਤਰ੍ਹਾਂ ਇਹ ਦੇਖੋ ਜੀ ਕਰੰਟ ਆ ਗਿਆ। ਅਗਰ ਸਪੀਡ ਨਾਲ ਕਰਾਂਗੇ ਤਾਂ ਕਰੰਟ ਲੰਬਾ ਵੀ ਹੋਏਗਾ। ਇਹਦੇ ਨਾਲ ਸਾਡੀ ਪਲੱਗ ਕੋਇਲ ਚੈੱਕ ਹੋ ਰਹੀ ਹੈ, ਭਈਆ ਬਿਲਕੁਲ ਠੀਕ ਹੈ ਪਲੱਗ ਕੋਇਲ। ਅਤੇ ਦੋਸਤੋ ਕਰੰਟ ਤਾਂ ਹੋ ਗਿਆ ਬਿਲਕੁਲ ਚੈੱਕ, ਅਤੇ ਕੋਇਲ ਵੀ ਬਿਲਕੁਲ ਠੀਕ ਆ। ਅਤੇ ਅਗਰ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਜ਼ੀਦ ਇਹੋ ਜਿਹੀ ਵੀਡੀਓ ਦੇਖਣ ਵਾਸਤੇ।
ਤੇ ਸਾਨੂੰ ਦਵੋ ਇਜਾਜ਼ਤ, ਆਪਣਾ ਰੱਖਣਾ ਖਿਆਲ, ਅੱਲਾ ਹਾਫਿਜ਼।